शेरा वह शख्स है जिन्हें कोई नशा छड़िया नहीं। मैं कहना बाई जी सारी चंगी तरह हंडाया हुई चीज़ आ, पर मैं ये कहना ये कुछ नहीं पिया। जेडे भी बाई मेरे करते छोटा वड्डा नशा, बाई मैं 1 रुपए तो लैके 10,000 रुपए तक का नशा एक टाइम डोज लिती हुई आ। ਇਹ ਉਹ ਸ਼ੇਰਾ ਵਾ ਸੱਚ ਗੱਲ ਕਰਦਾ ਵਾ ਬਾਈ, ਸੁਧਰ ਜੋ ਸੁਧਰ ਜੋ ਸੁਧਰ ਜੋ। ਸਾਰੇ ਨਸ਼ੇ ਕੀਤੇ ਹੋਏ ਆਪਣੇ, ਚਿੱਟਾ ਚੁੱਟਾ ਸਾਰਾ ਕੁਛ, ਫੈਂਸੀਆਂ ਟੀਕੇ ਟੂਕੇ ਇਹ ਸਾਰੇ ਯੂਜ਼ ਕੀਤੇ ਹੋਏ ਆ, ਦੇਖੇ ਹੋਏ ਆ, ਪਰ ਲਾਈਫ ਦੇ ਵਿੱਚ ਹੈ ਕੁਛ ਨਹੀਂ ਗਾ। ਬਹੁਤ ਖੋਖਲਾਪਣ ਹੈ, ਬੰਦਾ ਬਹੁਤ ਖਤਮ ਹੋ ਜਾਂਦਾ ਵਾ ਵੀਕ। ਉਹ ਆਪ ਨਹੀਂ ਖਤਮ ਹੁੰਦਾ, ਆਪਣੀ ਸਾਰੀ ਫੈਮਿਲੀ ਨੂੰ, ਮਾਂ ਪਿਓ ਨੂੰ ਵੀ ਖਤਮ ਕਰਦਾ ਵਾ, ਕਿਉਂਕਿ ਉਹਨੇ ਆਪ ਤਾਂ ਡੈੱਡ ਹੋਣਾ ਹੀ ਹੋਣਾ ਵਾ, ਮਗਰ ਉਹ ਮਾਂ ਪਿਓ ਵੀ ਡੈੱਡ ਹੁੰਦੇ ਆ। ਉਹ ਜਿਉਂਦੇ ਫਿਰਦੇ ਲਾਸ਼ਾਂ ਹੁੰਦੀਆਂ, ਪਰ ਹੁੰਦੇ ਤਾਂ ਅੰਦਰੋਂ ਡੈੱਡ ਹੀ ਆ। ਮੈਰਿਜ ਹੋਈ ਹੈ ਨਾ ਤੁਹਾਡੀ ਵਾਈਫ ਨੂੰ, ਪਤਾ ਸੀ ਕਿ ਤੁਸੀਂ ਡਰੱਗ ਐਡਿਕਟਡ ਹੋ? ਨਹੀਂ ਨਹੀਂ ਜੀ, ਨਹੀਂ ਬਿਲਕੁਲ ਨਹੀਂ। ਜਦੋਂ ਉਹਨਾਂ ਨੂੰ ਪਤਾ ਲੱਗਿਆ ਉਦੋਂ ਉਹਨਾਂ ਦਾ ਰਿਐਕਸ਼ਨ ਕੀ? ਨਹੀਂ ਐਕਚੁਅਲੀ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਸੀਗਾ, ਆਪਾਂ ਉਦੋਂ ਪਹਿਲਾਂ ਹੀ ਸੁਧਰ ਗਏ। ਕਿਉਂਕਿ ਜਦੋਂ ਮੈਰਿਜ ਹੋਈ ਵਾਈਫ ਨੂੰ ਨਹੀਂ ਪਤਾ ਸੀ, ਉਸ ਤੋਂ ਪਹਿਲਾਂ ਕਿ ਵਾਈਫ ਨੂੰ ਪਤਾ ਲੱਗੇ ਬੰਦਾ ਸੁਧਰ ਗਿਆ, ਇਹ ਵਾਈਫ ਦਾ ਖੌਫ ਸੀ ਬਾਜੀ? ਨਹੀਂ 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 ਐਕਚੁਅਲੀ ਮੇਰੀ ਤਾਂ ਲਵ ਮੈਰਿਜ ਆ, ਅਤੇ ਸਾਡਾ ਪਿਆਰ ਬਹੁਤ ਹੈ, ਅਤੇ ਉਹਨੂੰ ਵੀ ਤੁਹਾਡੀ ਇੰਟਰਵਿਊ ਸੁਣ ਕੇ ਪਤਾ ਲੱਗਣਾ ਕਿ ਬੈਕਗਰਾਊਂਡ ਆ ਸੀ। ਹੁਣ ਜਿਵੇਂ ਆਫਟਰ ਜਦੋਂ ਆ ਤੁਸੀਂ ਖਾਧਾ ਜਾਂ ਛੱਡ ਦਿੱਤਾ ਸਾਰਾ ਕੁਛ, ਇਹ ਚੀਜ਼ਾਂ ਇਨਟੇਕ ਕਰਨ ਤੋਂ ਬਾਅਦ ਐਂ ਨਹੀਂ ਹੁੰਦਾ ਕਦੀ ਕਦਾਰ ਜਿਹਨੂੰ ਕਹਿੰਦੇ ਤੋੜ ਨਹੀਂ ਲੱਗਦੀ ਹੈ? ਨਹੀਂ ਜੀ ਨਹੀਂ ਜੀ, ਹੁਣ ਤਾਂ ਰੱਬ ਦੇ ਨਾਮ ਦੀ ਤੋੜ ਲੱਗਦੀ ਆ, ਤਾਂ ਉਹਦੇ ਆਸਰੇ ਚੱਲਦੇ ਆ। ਹਰਬਲਸ ਨੇ ਇੱਕ ਤਰ੍ਹਾਂ ਦੀਆਂ ਦਵਾਈਆਂ ਹੀ ਨੇ ਜੀ? ਬਿਲਕੁਲ, ਜੜੀਆਂ ਬੂਟੀਆਂ ਨੇ ਇਹ। ਜਿਹੜੀਆਂ ਜੜੀਆਂ ਬੂਟੀਆਂ ਨੇ ਇਹ ਜਿਵੇਂ ਸਾਰੇ ਰੋਗਾਂ ਦੇ ਉੱਤੇ ਯੂਜ਼ ਕੀਤੀਆਂ ਜਾਂਦੀਆਂ ਵਾ, ਜਿਵੇਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਸਾਡਾ ਯੂਥ ਆ ਜਿਹੜਾ, ਚਲੋ ਡਰੱਗਸ ਕਾਰਨ ਲੈ ਲਓ, ਕੋਈ ਪ੍ਰੋਬਲਮਸ ਕਾਰਨ ਲੈ ਲਓ, ਇੰਨਾ ਫੂਡ ਨਹੀਂ ਪਿਓਰ ਹੈਗਾ ਉਹਦੇ ਕਾਰਨ ਲਾ ਲਓ, IVF ਹੋ ਰਿਹਾ ਵਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ, ਜਿਹੜਾ ਜਿਨ੍ਹਾਂ ਦੇ ਬੇਬੀ ਨਹੀਂ ਹੁੰਦਾ ਉਹ IVF ਵੱਲ ਜਾ ਰਹੇ ਨੇ, ਮਸ਼ੀਨਾਂ ਦਾ ਯੂਜ਼ ਹੋ ਰਿਹਾ ਵਾ ਇਸ ਕੰਮ ਦੇ ਵਿੱਚ। ਤਾਂ ਇਹ ਜੜੀਆਂ ਬੂਟੀਆਂ ਦੇ ਵਿੱਚ ਕੁਛ ਜੜੀਆਂ ਬੂਟੀਆਂ ਐਸੀਆਂ ਰਾਮਬਾਨ ਆਦਮੀ ਦੇ ਉੱਤੇ ਸਾਬਤ ਹੋ ਰਹੀਆਂ ਵਾ, ਜਿਨ੍ਹਾਂ ਦੇ ਬੇਬੀ ਵੀ ਨਹੀਂ ਹੁੰਦਾ ਤਾਂ ਉਹ ਕਨਸੀਵ ਕਰਾਉਂਦੀਆਂ ਵਾ, ਸਪਰਮ ਜਾਂ ਜਿਨ੍ਹਾਂ ਦੀ ਡਾਊਨ ਆ, ਵੀਕਨੈਸ ਹੋ ਜਾਂਦੀ ਆ, ਤਾਂ ਉਹਨਾਂ ਲਈ ਇਹ ਬਹੁਤ ਬੈਟਰ ਆ, ਜਿੰਨੀ ਛੇਤੀ ਅਪਣਾ ਲੈਣਗੇ ਉਨਾ ਵਧੀਆ ਰਹਿਣਗੇ। ਮੈਂ ਫਿਰ ਇੱਕ ਦਿਨ ਦਰਬਾਰ ਸਾਹਿਬ ਜਾ ਕੇ ਸੱਚੇ ਪਾਤਸ਼ਾਹ ਮੂਹਰੇ ਜਾ ਕੇ ਅਰਦਾਸ ਕੀਤੀ ਵੀ ਇਹ ਜਿਹੜਾ ਕੋੜ ਮੇਰੇ ਸਿਰ ਲੱਗਿਆ ਹੋਇਆ ਜਾਂ ਮੈਨੂੰ ਚਿੰਬੜਿਆ ਹੋਇਆ ਵਾ, ਇਹਨੂੰ ਬਾਬਾ ਲਾ ਦੇ। ਤਾਂ ਬਾਬੇ ਨਾਨਕ ਨੇ ਪੂਰੀ ਸਾਥ ਦਿੱਤਾ ਅਤੇ ਆਪਾਂ ਨੂੰ ਐਨਰਜੀ ਦਿੱਤੀ ਕਿ ਆਪਾਂ ਜਿਵੇਂ ਜਿਵੇਂ ਚੱਲਦੇ ਗਏ ਫਿਰ ਰੱਬ ਦਾ ਨਾਂ ਵੀ ਵਧੀਆ ਜਾਂਦਾ ਗਿਆ, ਅਤੇ ਨਾਲੇ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ, ਅਤੇ ਉਹ ਦਿਨ ਅਤੇ ਆਹ ਦਿਨ ਦੇ ਵਿੱਚ ਫਰਕ ਬਹੁਤ ਆ। ਉਹ ਨਸ਼ੇੜੀਆਂ ਵਾਲੀ ਲਾਈਫ ਸੀਗੀ ਅਤੇ ਇਹ ਲਾਈਫ ਕਿੰਗ ਵਾਲੀ ਲਾਈਫ ਕਹਿ ਦਿਓ। ਪਰਮਾਤਮਾ ਦਾ ਸ਼ੁਕਰ ਕਰਦੇ ਹੋ ਕਿ ਸ਼ੁਕਰ ਹੈ ਮੈਂ ਉਸ ਚੀਜ਼ 'ਚੋਂ ਬਾਹਰ ਨਿਕਲਿਆ? ਜੀ ਬਿਲਕੁਲ, ਹਰ ਦਮ ਉਹਦਾ ਸ਼ੁਕਰ ਹੈ, ਕਿਉਂਕਿ ਉਹ ਲਾਈਫ ਬਹੁਤ ਖਤਰਨਾਕ ਹੈ। ਇਹ ਸਿੰਥੈਟਿਕ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਵਾੜੇ ਗਏ ਆ, ਤਾਂ ਸਾਡਾ ਪੰਜਾਬ ਦਾ ਯੂਥ ਆ ਜਿਹੜਾ ਉਹ ਅੱਜ ਨਹੀਂ ਤਾਂ ਕੱਲ੍ਹ ਨੂੰ ਸੰਗਤ 'ਚ ਚੜ੍ਹਦਾ ਵਾ ਤਾਂ ਉਹ ਯੂਜ਼ ਕਰਨਾ ਸ਼ੁਰੂ ਕਰਦਾ ਵਾ। 18-19 ਸਾਲ ਦਾ ਜਵਾਕ ਤਾਂ ਜ਼ਰੂਰ ਇੱਕ ਵਾਰੀ ਟੇਸਟ ਦੇ ਅਕੋਰਡਿੰਗ ਜਦੋਂ ਕਹਿੰਦਾ ਟੇਸਟ ਕਰਦੇ ਹਾਂ ਤਾਂ ਫਿਰ ਉਹ ਪੱਕਾ ਪੈ ਜਾਂਦਾ ਜੀ। ਤਾਂ ਬਹੁਤ ਪੰਜਾਬ ਦਾ ਯੂਥ ਆ ਜਿਹੜਾ ਵਿਗੜ ਚੁੱਕਿਆ ਮੈਂ ਕਹਿੰਦਾ, ਤਾਂ ਉਹਨੂੰ ਸੁਧਰਨਾ ਚਾਹੀਦਾ, ਆਪਣੇ ਲਈ ਨਹੀਂ ਆਪਣੇ ਪੇਰੈਂਟਸ ਲਈ ਸੁਧਰਨਾ ਚਾਹੀਦਾ। ਪੰਜਾਬ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ। ਅੱਜ ਅਸੀਂ ਜਿਨ੍ਹਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਸ਼ੇਰਾ, ਸਿੱਧੂ ਹਰਬਲਸ ਦੇ ਬਿਲੋਂਗ ਕਰਦੇ ਨੇ ਉਹ, ਅਤੇ ਉਹਨਾਂ ਦੀ ਕਹਾਣੀ ਤੁਹਾਨੂੰ ਦੱਸਣ ਜਾਵਾਂਗੇ, ਤੁਸੀਂ ਹੈਰਾਨ ਹੋ ਜਾਵੋਗੇ। ਆਹ ਨੇ ਸ਼ੇਰਾ ਜੀ, ਜੇ ਇਹਨਾਂ ਦੇ ਬਾਰੇ ਮੈਂ ਦੱਸਾਂ ਕਿ ਪਹਿਲਾਂ ਕੁਛ ਸਾਲ ਪਹਿਲਾਂ 10 ਸਾਲ ਇਹਨਾਂ ਨੇ ਕਿਹੜਾ ਨਸ਼ਾ ਹੈ ਜਿਹੜਾ ਨਹੀਂ ਕੀਤਾ, ਅਤੇ ਇਹਨਾਂ ਦਾ ਕਹਿਣਾ ਕਿ 1 ਕਰੋੜ ਦਾ ਨਸ਼ਾ ਇਹਨਾਂ ਨੇ ਕਰ ਲਿਆ ਅਤੇ ਉਹ 1 ਕਰੋੜ ਖੂਹ 'ਚ ਪਾ ਦਿੱਤਾ। ਮੈਂ ਹੈਰਾਨ ਰਹਿ ਗਈ ਇਹ ਸੁਣ ਕੇ, ਕਿਉਂਕਿ ਇਹਨਾਂ ਨੂੰ ਦੇਖ ਕੇ ਤਾਂ ਬਿਲਕੁਲ ਨਹੀਂ ਲੱਗਦਾ ਕਿ ਕਦੀ ਇਹਨਾਂ ਨੇ ਨਸ਼ਾ ਕੀਤਾ ਹੋਊਗਾ, ਹੈ ਨਾ। ਐਂ ਲੱਗਦਾ ਕਿ ਕੋਈ ਬੋਡੀ ਬਿਲਡਰ ਹੈ, ਜਿਮ ਟ੍ਰੇਨਰ ਹੈ ਜਾਂ ਕੁਛ ਨਾ।
तो अज असी इन्हे को आए पुछते हैं कि किस तरीके दे नाम नाम भी देखो शेरा नाम भी यह जहाँ रखे कि कोई बिलीव ही नहीं कर सकता कि कभी यह जे काम लड़का कर भी सकता पर चलो माड़ा टाइम आया तो हूँ चंगा भी आ गया सुधार दिता कह दें कि किने सुधारिया गल करते हैं भाजी। सत श्रीकाल जी सत श्रीकाल तुहाडे चैनल दे उत्ते सारे ही देख रहे जिन्हें भी छोटे वड्डे आ उन्हां नूं प्यार भरी सत श्रीकाल शेरे वालों जी। ठीक हो भाजी बहुत वधिया जी चढ़दी कला जी। पहला तो अपने बारे कुछ दसो की दसा जी अपने बारे किदां तुहाडी जर्नी रही किदां एक तो डॉक्यूमेंट्री होनी चाहिए तुहाडे तां लाइफ स्टोरी दे उत्ते ना जी होनी तो चाहिए आ तां पंजाबीओ शेरा ओ शख्स है जिन्हें कोई नशा छड़िया नहीं। मैं कहना बाई जी सारी चंगी तरह हंडाया हुई चीज़ आ पर मैं ये कहना ये कुछ नहीं पिया जेडे भी बाई मेरे करते छोटा बड़ा नशा बाई मैं एक रुपये तो लैके 10,000 रुपये तक का नशा एक टाइम डोज लिती हुई आ ये वो शेरा वा सच गल करता वा बाई सुधर जो भाजी जिवें तुसीं कहा कि एक टाइम तो 10,000 का नशा किया तो चलो तुहाडे कोल होणगे पैसे पर इहो जिहे लोग भी ने जिन्हां दे कोल पैसे नहीं है वह अपनी जमीना वेच के घर दे अपने माँ प्यो दे या अपनी वाइफ दे गहने बेच के नशे करते हैं उन्हां दा तो बहुत ही ज़्यादा माड़ा हाल। हालांकि नशा तो खैर अमीर है गरीब है ही गलत ना तो ये हालात होए पए ने पंजाब जी जी बिल्कुल होए पए ने। चलो भाई जी शेरे का जन्म होया साड़ी फैमिली बैकग्राउंड बहुत अच्छी सी खुला डुला सी पैसा साढ़े को खुला डुला वा पर जेड़ी यूज़ होया पैसे का नशे दे उत्ते यूज़ होया वा बहुत गंभीर ढंग नाल होया वा तां बहुत खतरनाक लाइफ सी 10 साल की पर हुण बहुत सक्सैस है एंड प्राउड आ मैनू अपने आप दे उत्ते भी बहुत प्राउड है। जे जे गल करिए कि नशा छड्डिया ना आपां जदों आपां इन्ना ज़्यादा नशियां दे विच पै जाइए तो उस चुंगल चो बाहर निकलना अपने आप दे विच ही बहुत मुश्किल गल है उन्दे चो बाहर किद्दां निकले। एक दिन मैं बैठा सीगा कल्ला ते मेरे मन दे विच बड़े थॉट आ रहे सीगे भी इन्ना नशा कीता वा इदां दी लाइफ हो गई आ इन्नी वीकनैस हो गई आ तां बट एक दिन फिर मैं अपनी माँ नूं कहा भी साडा जड़ी बूटी दा काम आ पुराना खेती करते हैं तो वह सारिया जड़िया मेडिसन वाली जड़िया बूटियां वा उन्होंने आप पैदावार करी दी है तो मैं मदर नूं कहा भी मैं इदा इदा करके आ चीज़ा सारिया यूज़ करदा वा तो मदर ने मैनू कुछ नहीं कहा तो मैनू मोढ़े ते हथ रख के कहिंदे भी आह आह जड़िया बूटियां लैनिया शुरू कर तो मेरे मन दे विच बड़ा आया वा भी मैनू कुछ कहा भी नहीं गा छड्डन बारे या कुछ नहीं कहा तो बस फिर वो मैं यूज़ किया फिर मैं जिम जान लग गया कुछ करन लग गया तो अज शेरा फिर पहलवान भी बनता वा लोग मैनू पहलवान भी कहिंदे आ ट्रेनर भी कहिंदे आ तो सो बाबा कहिंदा हुंदा तेरा कीता जातो नहीं तो ये उही है जी। भाजी एक हुंदा ना कि उस जिहड़ी लाइफ है वह बहुत गंदी हुंदी है आपां हरेक तरह के बंदे नाल उठते बहने हैं तो उस लाइफ दे जिहड़ा टाइम पीरियड सी उहदे च तुसीं की एक्सपीरियंस किया। एक्सपीरियंस ये है जी जिदा की थोड़ी संगत आ उदा ही थोड़ी रंगत चढ़ जाती है तो मैं थोड़ी जी संगत भी चेंज की रंगत भी चेंज की तो अज बहुत वधिया वा संतुष्ट है शुक्र करीदा वा रब। शुरुआत कित्थों हुई? शुरुआत जी बस स्कूल टाइम के जदों बंदा अपनिया मर्जिया के नाल आउंदा जांदा कि मर्जी चाहता हर एक काम के उदों फिर लगता जी ये सारा कुछ होंदा गया चैन टू चैन बनता गया तो फिर एक दिन पूरे तकड़े ड्रंकर भी स्मोकर भी तो पूरे ड्रगर भी बने हैं। केड़ा नशा किया भाजी? तुसीं जे ना पुछो तो वधिया वा एक्चुअली सारे ही नशे किए हुए अपने चिट्टा चुट्टा सारा कुछ फैंसियाँ टीके टूके ये सारे यूज़ किए हुए देखे हुए आ पर लाइफ के है कुछ नहीं गा बहुत खोखला पाना बंदा बहुत खत्म हो जाता वा वीक उस आप नहीं खत्म होंदा अपनी सारी फैमिली नू माँ प्यो नू भी खत्म करदा वा क्योंकि उन्हें आप तो डैड होना ही होना वा मगर वो माँ प्यो भी डैड होंदे आ जिउंदे फिरदे लाशां हुंदियां पर हुंदे तां अंदरों डैड ही आ। मैरिज होई है ना तुहाडी वाइफ नू पता सी कि तुसी ड्रग एडिक्टड हो? नहीं नहीं जी नहीं बिल्कुल नहीं।
ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਦੋਂ ਉਹਨਾਂ ਦਾ ਰਿਐਕਸ਼ਨ ਕੀ ਸੀ? ਨਹੀਂ ਐਕਚੁਅਲੀ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਸੀਗਾ, ਆਪਾਂ ਉਦੋਂ ਪਹਿਲਾਂ ਹੀ ਸੁਧਰ ਗਏ। ਅੱਛਾ, ਮਤਲਬ ਕਿ ਜਦੋਂ ਮੈਰਿਜ ਹੋਈ ਵਾਈਫ ਨੂੰ ਨਹੀਂ ਪਤਾ ਸੀ, ਉਸ ਤੋਂ ਪਹਿਲਾਂ ਕਿ ਵਾਈਫ ਨੂੰ ਪਤਾ ਲੱਗੇ ਬੰਦਾ ਸੁਧਰ ਗਿਆ, ਇਹ ਵਾਈਫ ਦਾ ਖੌਫ ਸੀ ਭਾਜੀ? ਨਹੀਂ 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 ਨਹੀਂ, ਐਕਚੁਅਲੀ ਮੇਰੀ ਤਾਂ ਲਵ ਮੈਰਿਜ ਆ ਅਤੇ ਸਾਡਾ ਪਿਆਰ ਬਹੁਤ ਹੈ, ਅਤੇ ਉਹਨੂੰ ਵੀ ਤੁਹਾਡੀ ਇੰਟਰਵਿਊ ਸੁਣ ਕੇ ਪਤਾ ਲੱਗਣਾ ਕਿ ਬੈਕਗਰਾਊਂਡ ਆ ਸੀਗੀ। ਨਹੀਂ ਉਹਨਾਂ ਨੂੰ ਪਤਾ ਨਹੀਂ ਸੀ? ਨਹੀਂ ਜੀ। ਫਿਰ ਤੁਸੀਂ ਕਦੋਂ ਸੋਚਿਆ ਕਿ ਮੈਂ ਹੁਣੇ ਛੱਡ ਦੇਣਾ, ਵਾਈਫ ਕਰਕੇ ਜਾਂ ਬੇਬੀ ਗਰਲ ਵੀ ਆ ਤੁਹਾਡੇ? ਜੀ ਜਦੋਂ ਮੁਰਾਦ ਹੋਈ, ਹਾਂਜੀ ਬੇਬੀ ਹੋਇਆ ਮੇਰੇ, ਤਾਂ ਉਦੋਂ ਮੈਂ ਛੱਡ ਦਿੱਤਾ ਸੀਗਾ ਜਿੱਦਣ ਉਹ ਹੋਈ ਆ। ਤਾਂ ਸੋ ਜਦੋਂ ਲੜਕੀ ਹੋਈ, ਜਦੋਂ ਧੀ ਜੰਮੀ ਤੁਹਾਡੇ, ਉਦੋਂ ਤੁਸੀਂ ਸੋਚ ਲਿਆ ਕਿ ਹੁਣ ਮੈਂ ਕੋਈ ਨਸ਼ਾ ਨਹੀਂ ਕਰਨਾ? ਜੀ 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 ਜੀ, ਤਾਂ ਹੀ ਕਹਿੰਦੇ ਨੇ ਕਿ ਧੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਬਲੈਸਿੰਗ ਹੁੰਦੀਆਂ ਨੇ, ਬਲੈਸਿੰਗ ਹੁੰਦੀਆਂ ਨੇ, ਜਦੋਂ ਵੀ ਆਉਂਦੀਆਂ ਨੇ ਖੁਸ਼ੀਆਂ ਲੈ ਕੇ ਆਉਂਦੀਆਂ ਨੇ ਕਿ ਹਾਂ ਇੱਕ ਪਿਓ ਜਿਹੜਾ ਉਹਦਾ ਮੈਂ ਕਹਿੰਦੀ ਕਿਸੇ ਨੇ ਉਹਨੇ ਨਸ਼ਾ ਨਹੀਂ ਛੱਡਿਆ ਕੋਈ, ਅਤੇ ਜਦੋਂ ਹੀ ਉਹਨਾਂ ਦੀ ਬੇਟੀ ਹੋਈ ਤਾਂ ਇਹਨਾਂ ਨੇ ਸਾਰੇ ਨਸ਼ੇ ਛੱਡ ਦਿੱਤੇ, ਆਲ ਬਿਕੋਜ਼ ਆਫ ਹਰ, ਉਹਦੇ ਕਰਕੇ, ਹੈ ਨਾ। ਕੁਛ ਆਪਣੀ ਬੇਟੀ ਨੂੰ ਕਹਿਣਾ ਚਾਹੁੰਦੇ ਹੋ ਜਦੋਂ ਇੰਟਰਵਿਊ ਦੇਖੋਗੇ ਕਿ ਹਾਂ ਪਾਪਾ ਨੇ ਮੇਰੇ ਲਈ ਇੱਦਾਂ ਕਿਹਾ? ਤੂੰ ਹਜੇ ਛੋਟੀ ਆ ਤਾਂ ਜਦੋਂ ਵੀ ਦੇਖੂਗੀ ਤਾਂ ਸੋ ਮੈਂ ਉਹਨੂੰ ਆਈ ਲਵ ਯੂ ਕਹਿੰਦਾ, ਤਾਂ ਜਿਹਨੇ ਮੇਰੀ ਲਾਈਫ ਚੇਂਜ ਕਰ ਦਿੱਤੀ। ਮੇਰੇ ਥੋਟ ਆਇਆ ਮਨ ਦੇ ਵਿੱਚ, ਥੋਟ ਹੀ ਕਰਦਾ ਵਾ, ਜੇ ਥੋਟ ਤੁਹਾਡੇ ਮਨ ਦੇ ਵਿੱਚ ਕੋਈ ਚੰਗਾ ਆ ਗਿਆ ਤਾਂ ਤੁਸੀਂ ਚੰਗੇ ਪਾਸੇ ਜਾਓਗੇ, ਜੇ ਤੁਹਾਡੇ ਥੋਟ ਮਾੜਾ ਆ ਗਿਆ ਤਾਂ ਤੁਸੀਂ ਉਸ ਦੀ ਗਹਿਰਾਈ ਦੇ ਵਿੱਚ ਧੱਸਦੇ ਜਾਓਗੇ। ਹੁਣ ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਹਰਬਲਸ ਦੇ ਨਾਲ ਨਾ ਇਹਨਾਂ ਦਾ ਆਪਣਾ ਫਾਰਮ ਹੈ ਸਿੱਧੂ ਹਰਬਲਸ ਕਰਕੇ ਨਾ, ਮੈਨੂੰ ਇਹ ਦੱਸੋ ਕਿ ਲੋਕ ਨਸ਼ਾ ਛੁਡਾਓ ਕੇਂਦਰ ਭੇਜਦੇ ਨੇ ਜਿਹੜੇ ਨਸ਼ਾ ਕਰਦੇ ਨੇ, ਹਰਬਲਸ ਦੇ ਨਾਲ ਜੜੀ ਬੂਟੀਆਂ ਦੇ ਨਾਲ ਨਸ਼ਾ ਕਿੱਦਾਂ ਛੱਡਿਆ ਜਾ ਸਕਦਾ, ਟਿਪਸ ਦਿਓ ਕੁਛ ਜੀ? ਇਹ ਜਿਹੜੀਆਂ ਜੜੀਆਂ ਬੂਟੀਆਂ ਲੱਗੀਆਂ ਹੋਈਆਂ ਵਾ ਆਪਣੇ ਫਾਰਮ ਦੇ ਉੱਤੇ, ਇਹ ਜੜੀਆਂ ਬੂਟੀਆਂ ਆਮ ਸਾਰੇ ਥਾਂ ਮਿਲਦੀਆਂ ਵਾ, ਵੈਦ ਮਿਲਦੇ ਆ ਜਾਂ ਪੰਸਾਰੀ ਦੀਆਂ ਦੁਕਾਨਾਂ 'ਤੇ ਮਿਲਦੀਆਂ ਵਾ। ਜਿਹੜੀਆਂ ਇਹ ਜੜੀਆਂ ਬੂਟੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਆਪਣੀ ਅੱਖ ਦੇ ਨਾਲ, ਇਹ ਜੜੀਆਂ ਬੂਟੀਆਂ ਪਿਓਰ ਆ, ਇਹਨਾਂ ਨਾਲ ਅਸੀਂ ਜਦੋਂ ਮੈਡੀਸਨ ਜਾਂ ਕੋਈ ਪਾਊਡਰ ਫਾਰਮ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਕਈ ਜੜੀਆਂ ਬੂਟੀਆਂ ਪੈਂਦੀਆਂ ਜਿਨ੍ਹਾਂ ਦਾ ਪ੍ਰਾਤਨ ਸਮੇਂ ਦੇ ਵਿੱਚ ਆਯੁਰਵੈਦ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਅਲੱਗ ਅਲੱਗ ਵੱਖ ਵੱਖ ਢੰਗ ਦੇ ਨਾਲ ਉਹ ਆਪਣੀ ਬੋਡੀ ਦੇ ਉੱਪਰ ਰਿਐਕਟ ਕਰਦੀਆਂ ਵਾ। ਤਾਂ ਜਿਵੇਂ ਕਿ ਕਿਸੇ ਨੇ ਨਸ਼ਾ ਛੱਡਿਆ ਹੋਇਆ ਵਾ, ਉਹਦੀ ਵੀਕਨੈਸ ਬਹੁਤ ਆ ਚੁੱਕੀ ਆ, ਕਿਸੇ ਵੈਸੇ ਹੀ ਕੋਈ ਵੀਕ ਹੈ, ਤਾਂ ਉਹ ਇਹ ਚੀਜ਼ਾਂ ਨੂੰ ਯੂਜ਼ ਕਰਨ, ਹਰਬਲ ਨੂੰ ਅਪਣਾਉਣ, ਜੜੀਆਂ ਬੂਟੀਆਂ ਨੂੰ ਖਾਣ, ਤਾਂ ਚੰਗੀ ਸਿਹਤ ਬਣਦੀ ਆ। ਮੈਂ ਤਾਂ ਆਪ ਦੇਖੀ ਹੋਈ ਆ ਜੀ, ਮੈਂ ਗੱਲਾਂ ਸੁਣ ਕੇ ਨਹੀਂ ਕਹਿੰਦਾ, ਮੈਂ ਆਪਣੇ ਪਿੰਡੇ ਹਟਾਈਆਂ ਹੋਈਆਂ ਗੱਲਾਂ ਵਾ ਇਹ। ਤਾਂ ਜੜੀਆਂ ਬੂਟੀਆਂ ਵਾ ਬਹੁਤ ਵਧੀਆ ਜੜੀਆਂ ਬੂਟੀਆਂ ਵਾ, ਇਹਨਾਂ ਜੜੀਆਂ ਬੂਟੀਆਂ ਨੂੰ ਅਪਣਾਉਣ ਅਤੇ ਚੰਗੀ ਸਿਹਤ ਬਣੂਗੀ ਉਹਨਾਂ ਦੀ, ਅੰਦਰੋਂ ਵੀ ਅਤੇ ਬਾਹਰੋਂ ਵੀ। ਭਾਜੀ ਹੁਣ ਹੁਣ ਜਿਵੇਂ ਆਫਟਰ ਜਦੋਂ ਤੁਸੀਂ ਖਾਧਾ ਜਾਂ ਛੱਡ ਦਿੱਤਾ ਸਾਰਾ ਕੁਛ, ਇਹ ਚੀਜ਼ਾਂ ਇਨਟੇਕ ਕਰਨ ਤੋਂ ਬਾਅਦ ਐਂ ਨਹੀਂ ਹੁੰਦਾ ਕਦੀ ਕਦਾਰ ਜਿਹਨੂੰ ਕਹਿੰਦੇ ਤੋੜ ਨਹੀਂ ਲੱਗਦੀ ਹੈਗੀ? ਨਹੀਂ ਜੀ, ਨਹੀਂ ਜੀ, ਹੁਣ ਤਾਂ ਰੱਬ ਦੇ ਨਾਮ ਦੀ ਤੋੜ ਲੱਗਦੀ ਆ, ਤਾਂ ਉਹਦੇ ਆਸਰੇ ਚੱਲਦੇ ਆ। ਨਸ਼ਾ ਚੀਜ਼ ਮਾੜੀ ਹੈ ਪਰ ਆਪਣਾ ਧਿਆਨ ਹੈ ਨਾ ਜਿਹੜਾ, ਜਦੋਂ ਆਪਾਂ ਚੰਗੇ ਕੰਮਾਂ ਵੱਲ ਲਾ ਲੈਂਦੇ ਹਾਂ ਤਾਂ ਆਟੋਮੈਟਿਕਲੀ ਅਸੀਂ ਕੀ ਹੋ ਜਾਂਦੇ, ਬੁਰੀਆਂ ਚੀਜ਼ਾਂ ਤੋਂ ਦੂਰ ਚਲੇ ਜਾਂਦੇ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਬੁਰੀਆਂ ਚੀਜ਼ਾਂ ਤੋਂ ਦੂਰ ਜ਼ਰੂਰ ਜਾਂਦਾ ਬੰਦਾ ਜੀ। ਤਾਂ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀ ਆ, ਮੈਂ ਬਿਲੀਵ ਕਰਦਾ ਵਾਂ ਬਾਬੇ ਨਾਨਕ ਦੀ ਬਾਣੀ 'ਤੇ, ਉਹ ਖੁਦ ਹੀ ਕਹਿ ਕੇ ਗਿਆ ਤੇਰਾ ਕੀਤਾ ਜਾ ਤੋਂ ਨਾ ਹੀ, ਉਹਦਾ ਹੀ ਆ ਜੀ, ਉਹਨੇ ਹੀ ਲਾਇਆ ਸੀ, ਉਹਨੇ ਹੀ ਹਟਾਇਆ ਵਾ, ਤਾਂ ਸ਼ੁਕਰ ਹੀ ਕਰੀਦਾ ਵਾ। ਜਿਹੜੀਆਂ ਹਰਬਲਸ ਨੇ ਇੱਕ ਤਰ੍ਹਾਂ ਦੀਆਂ ਦਵਾਈਆਂ ਹੀ ਨੇ ਜੀ? ਬਿਲਕੁਲ, ਜੜੀਆਂ ਬੂਟੀਆਂ ਨੇ, ਇਹ ਜਿਹੜੀਆਂ ਜੜੀਆਂ ਬੂਟੀਆਂ ਨੇ ਇਹ ਜਿਵੇਂ ਸਾਰੇ ਰੋਗਾਂ ਦੇ ਉੱਤੇ ਯੂਜ਼ ਕੀਤੀਆਂ ਜਾਂਦੀਆਂ ਵਾ, ਜਿਵੇਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਸਾਡਾ ਯੂਥ ਆ ਜਿਹੜਾ, ਚਲੋ ਡਰੱਗਸ ਕਾਰਨ ਲੈ ਲਓ, ਕੋਈ ਪ੍ਰੋਬਲਮਸ ਕਾਰਨ ਲੈ ਲਓ, ਇੰਨਾ ਫੂਡ ਨਹੀਂ ਪਿਓਰ ਹੈਗਾ ਉਹਦੇ ਕਾਰਨ ਲਾ ਲਓ, IVF ਹੋ ਰਿਹਾ ਵਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ, ਜਿਹੜਾ ਜਿਨ੍ਹਾਂ ਦੇ ਬੇਬੀ ਨਹੀਂ ਹੁੰਦਾ ਉਹ IVF ਵੱਲ ਜਾ ਰਹੇ ਨੇ, ਮਸ਼ੀਨਾਂ ਦਾ ਯੂਜ਼ ਹੋ ਰਿਹਾ ਵਾ ਇਸ ਕੰਮ ਦੇ ਵਿੱਚ। ਤਾਂ ਇਹ ਜੜੀਆਂ ਬੂਟੀਆਂ ਦੇ ਵਿੱਚ ਕੁਛ ਜੜੀਆਂ ਬੂਟੀਆਂ ਐਸੀਆਂ ਰਾਮਬਾਨ ਆਦਮੀ ਦੇ ਉੱਤੇ ਸਾਬਤ ਹੋ ਰਹੀਆਂ ਵਾ, ਜਿਨ੍ਹਾਂ ਦੇ ਬੇਬੀ ਵੀ ਨਹੀਂ ਹੁੰਦਾ ਤਾਂ ਉਹ ਕਨਸੀਵ ਕਰਾਉਂਦੀਆਂ ਵਾ, ਸਪਰਮ ਜਾਂ ਜਿਨ੍ਹਾਂ ਦੀ ਡਾਊਨ ਆ, ਵੀਕਨੈਸ ਹੋ ਜਾਂਦੀ ਆ, ਤਾਂ ਉਹਨਾਂ ਲਈ ਇਹ ਬਹੁਤ ਬੈਟਰ ਆ, ਜਿੰਨੀ ਛੇਤੀ ਅਪਣਾ ਲੈਣਗੇ ਉਨਾ ਵਧੀਆ ਰਹਿਣਗੇ। ਹੁਣ ਸ਼ੇਰੇ ਦਾ ਨਾਮ ਪਹਿਲਾਂ ਮੈਨੂੰ ਇਹ ਦੱਸੋ, ਨਾਮ ਕਿਹਨੇ ਰੱਖਿਆ ਸ਼ੇਰੇ ਦਾ? ਮੇਰੀ ਮਾਂ ਨੇ ਰੱਖਿਆ ਸ਼ੇਰੇ ਦਾ ਨਾਮ ਸ਼ੇਰਾ, ਜੰਮਿਆ ਵੀ ਸ਼ੇਰ ਹੀ ਹੈ। ਹਾਂਜੀ ਸ਼ੇਰ। ਤੁਸੀਂ ਆਪਣੇ ਨਾਮ ਨੂੰ ਲੈ ਕੇ ਕੁਛ ਕਹਿਣਾ ਚਾਹੋਗੇ? ਪ੍ਰਾਊਡ ਹੋ ਕਿ ਹਾਂ ਮੇਰਾ ਨਾਮ ਬੜਾ ਘੈਂਟ ਜਿਹਾ ਹੈ, ਮਤਲਬ ਡਿਫਰੈਂਟ ਹੈ। ਜੀ ਜੀ ਬਿਲਕੁਲ ਜੀ ਬਿਲਕੁਲ, ਤੁਹਾਨੂੰ ਦੇਖ ਕੇ ਭਾਜੀ ਐਂ ਲੱਗਦਾ ਕੋਈ ਕਿਸੇ ਬਦਮਾਸ਼ ਦੇ ਨਾਲ ਖੜੇ ਆ। ਸੱਚੀ ਕਹੋ, ਐਕਚੁਅਲ ਦੇ ਵਿੱਚ ਸ਼ੇਰਾ ਬਦਮਾਸ਼ ਤਾਂ ਨਹੀਂ ਹੈਗਾ? ਨਹੀਂ, ਮੇਰੀ ਇੱਦਾਂ ਹੀ ਲੋਕਾਂ ਨੂੰ ਲੱਗਦਾ, ਪਰ ਮੈਂ ਕੁਛ ਹੋਰ ਹਾਂ, ਅਤੇ ਕੈਮਰੇ ਦੇ ਮੂਹਰੇ ਕੁਛ ਹੋਰ ਹੋ ਜਾਈਦਾ ਵਾ, ਇਸ ਟਾਈਮ ਕੁਛ ਹੋਰ ਹੈ। ਮਤਲਬ ਵੈਸੇ ਆਫ ਕੈਮਰਾ ਤੁਸੀਂ ਕਿਹੋ ਜਿਹੇ ਇਨਸਾਨ ਹੋ? ਬਹੁਤ ਸਾਊ।
हाँ एक्चुअल दे विच ना जदों असीं आए तो बहुत इन्हां ने कहा हाँ जी हाँ जी मैं ही हाँ मैं ही हाँ तो इन्हां नूं देख के लग्या नहीं कि इदां भी गल कर सकदे आ बहुत साऊ ने बहुत ज़्यादा साऊ ने बॉडी देख के बेशक लगता होना कि अज दो तीन कुट के आया होना पर एक्चुअल दे विच बहुत ज़्यादा साऊ ने भाजी जिंदगी च तब्दीली किद्दां आई एकदम तब्दीली तो जदों थोड़ी फैमिली थोड़ी सपोर्ट करती है हक च खड़ती है साथ देती है उदों तब्दीली कुदरत ने बनाई है तब्दीली आनी ही है तो आँदी है तो मैं फिर एक दिन दरबार साहब जाके सच्चे पातशाह मूहरे जाके अरदास की भी ये जिहड़ा कोड़ मेरे सिर लग्या होया जां मैनूं चिंबड़िया होया वा इहनूं बाबा ला दे तां बाबे नानक ने पूरी साथ दिता तो आपां नूं एनर्जी दित्ती कि आपां जिवें जिवें चलदे गए फिर रब दा नाम वी वधिया जांदा गया ते नाले आपां पिछे मुड़ के नहीं देखिया ते उह दिन ते आह दिन दे विच फर्क बहुत आ उह नशेड़ियां वाली लाइफ सीगी ते इह लाइफ किंग वाली लाइफ कह दिओ ਜਦੋਂ ਮੰਮਾ ਨੂੰ ਪਤਾ ਲੱਗਿਆ ਜਾਂ ਫੈਮਿਲੀ ਨੂੰ ਪਤਾ ਲੱਗਿਆ ਪੇਰੈਂਟਸ ਨੂੰ ਤਾਂ ਉਹਨਾਂ ਦਾ ਰਿਐਕਸ਼ਨ ਕਿੱਦਾਂ ਸੀ ਉਹਨਾਂ ਨੇ ਡਾਂਟਿਆ ਮਾਰਿਆ ਕਿ ਪਿਆਰ ਨਾਲ ਟੈਕਲ ਕੀਤਾ ਬਿਲਕੁਲ ਜੀ ਪਿਆਰ ਨਾਲ ਟੈਕਲ ਕੀਤਾ ਕਿਉਂਕਿ ਬੰਦਾ ਮਾਰਨ ਕੁੱਟਣ ਨਾਲ ਢੀਠ ਹੋ ਜਾਂਦਾ ਵਾ ਅਤੇ ਜਦੋਂ ਖਰ ਗੱਲ ਖਾਨੇ 'ਚ ਵੜਨੀ ਆ ਉਹ ਪਿਆਰ ਵਾਲੀ ਗੱਲ ਖਾਨੇ 'ਚ ਵੜੀ ਹੋਵੇ ਤਾਂ ਫਿਰ ਨਿਕਲਦੀ ਨਹੀਂ ਗੀ ਤਾਂ ਇਹਨਾਂ ਦੇ ਮਦਰ ਨਾਲ ਵੀ ਗੱਲ ਹੋਈ ਸੀ ਦੇ ਸੈਡ ਕਿ ਇਹਨਾਂ ਦੇ ਪੇਰੈਂਟਸ ਕਹਿ ਰਹੇ ਸੀਗੇ ਕਿ ਅਸੀਂ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਛੱਡ ਦੇ ਜਾਂ ਕੁਛ ਅਸੀਂ ਹੌਲੀ ਹੌਲੀ ਇਹਨੂੰ ਕਿਹਾ ਕਿ ਤੂੰ ਆਹ ਦਵਾਈਆਂ ਲੈਣੀਆਂ ਸ਼ੁਰੂ ਕਰ ਹਰਬਲ ਚੀਜ਼ਾਂ ਲੈਣੀਆਂ ਸ਼ੁਰੂ ਕਰ ਅਤੇ ਹੌਲੀ ਹੌਲੀ ਤੂੰ ਆਪੇ ਘੱਟ ਦੇਗਾ ਆ ਨਹੀਂ ਤਾਂ ਨੋਰਮਲੀ ਅਸੀਂ ਦੇਖਦੇ ਹਾਂ ਕਿ ਨਸ਼ਾ ਛਡਾਊ ਕੇਂਦਰ ਭੇਜਤਾ ਕਿਤੇ ਭੇਜਤਾ ਜਿਹਦੇ ਨਾਲ ਬੰਦਾ ਜਿਹੜਾ ਢੀਠ ਹੋ ਜਾਂਦਾ ਉਹਨੂੰ ਇਹ ਚੀਜ਼ਾਂ ਦੂਰ ਆਪਣੇ ਆਪ ਤੋਂ ਦੂਰ ਕਰਨ ਵਾਸਤੇ ਚੰਗਾ ਵੀ ਨਹੀਂ ਲੱਗਦਾ ਕਿ ਹਾਂ ਮੈਂ ਇਹਨਾਂ ਦੇ ਨਾਲ ਜੁੜਿਆ ਰਵਾਂ ਬਰਦਾਸ਼ਤ ਨਹੀਂ ਹੁੰਦਾ ਹਾਈਪਰ ਹੋ ਜਾਂਦਾ ਜਾਂ ਭਾਜੀ ਇੱਦਾਂ ਵੀ ਹੋਇਆ ਕਿ ਨਕਸੀਨ ਫੁੱਟ ਗਈ ਜਾਂ ਕੁਛ ਇੱਦਾਂ ਜੀ ਬਿਲਕੁਲ ਜੀ ਬਹੁਤ ਕੁਛ ਹੁੰਦਾ ਵਾ ਜਦੋਂ ਬੰਦਾ ਨਸ਼ੇ ਕਰਦਾ ਵਾ ਤਾਂ ਉਹਨੂੰ ਅਟੈਕ ਵੀ ਹੁੰਦੇ ਆ ਦੰਦਲਾਂ ਪੈ ਜਾਂਦੀਆਂ ਵਾ ਖੜਾ ਖੜਾ ਕੰਬਣ ਲੱਗ ਜਾਂਦਾ ਵਾ ਤਾਂ ਉੱਠਿਆ ਨਹੀਂ ਜਾਂਦਾ ਝੂਲੀ ਜਾਂਦਾ ਜਿਵੇਂ ਤਾਂ ਬਹੁਤ ਲਾਈਫ ਗੰਦੀ ਲਾਈਫ ਆ ਤਾਂ ਮੈਂ ਯਾਦ ਵੀ ਨਹੀਂ ਕਰਨੀ ਚਾਹੁੰਦਾ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਹੋ ਕਿ ਸ਼ੁਕਰ ਹੈ ਮੈਂ ਉਸ ਚੀਜ਼ 'ਚੋਂ ਬਾਹਰ ਨਿਕਲਿਆ ਜੀ ਬਿਲਕੁਲ ਹਰ ਦਮ ਦਮ ਉਹਦਾ ਸ਼ੁਕਰ ਆ ਕਿਉਂਕਿ ਉਹ ਲਾਈਫ ਬਹੁਤ ਖਤਰਨਾਕ ਆ ਇਹ ਸਿੰਥੈਟਿਕ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਵਾੜੇ ਗਏ ਆ ਤਾਂ ਸਾਡਾ ਪੰਜਾਬ ਦਾ ਯੂਥ ਆ ਜਿਹੜਾ ਉਹ ਅੱਜ ਨਹੀਂ ਤਾਂ ਕੱਲ੍ਹ ਨੂੰ ਸੰਗਤ 'ਚ ਚੜ੍ਹਦਾ ਵਾ ਤਾਂ ਉਹ ਯੂਜ਼ ਕਰਨਾ ਸ਼ੁਰੂ ਕਰਦਾ ਵਾ 18-19 ਸਾਲ ਦਾ ਜਵਾਕ ਤਾਂ ਜ਼ਰੂਰ ਇੱਕ ਵਾਰੀ ਟੇਸਟ ਦੇ ਅਕੋਰਡਿੰਗ ਜਦੋਂ ਕਹਿੰਦਾ ਟੇਸਟ ਕਰਦੇ ਹਾਂ ਤਾਂ ਫਿਰ ਉਹ ਪੱਕਾ ਪੈ ਜਾਂਦਾ ਜੀ ਤਾਂ ਬਹੁਤ ਪੰਜਾਬ ਦਾ ਯੂਥ ਆ ਜਿਹੜਾ ਵਿਗੜ ਚੁੱਕਿਆ ਮੈਂ ਕਹਿੰਦਾ ਤਾਂ ਉਹਨੂੰ ਸੁਧਰਨਾ ਚਾਹੀਦਾ ਆਪਣੇ ਲਈ ਨਹੀਂ ਆਪਣੇ ਪੇਰੈਂਟਸ ਲਈ ਸੁਧਰਨਾ ਚਾਹੀਦਾ ਕੁਛ ਹੋਰ ਆਪਣੇ ਬਾਰੇ ਦੱਸਣਾ ਚਾਹੁੰਦੇ ਹੋ ਨਹੀਂ ਜੀ ਆਪਣੀ ਆਈਡੀ ਬੋਲ ਦਿਓ ਇੱਕ ਵਾਰੀ ਸ਼ੇਰਾ ਸਿੱਧੂ ਹਰਬਲ ਤਾਂ ਉਹਦੇ 'ਤੇ ਵਿਜ਼ਿਟ ਕਰੋ ਮੇਰੀ ਲਾਈਫ ਦੇ ਵਿੱਚ ਜਿਹੜਾ ਚੇਂਜ ਆਇਆ ਉਹ ਸਾਰਾ ਉਸ ਆਈਡੀ ਦੇ ਉੱਤੇ ਸ਼ੋ ਹੋ ਰਿਹਾ ਵਾ ਉਹਨੂੰ ਦੇਖ ਕੇ ਕੋਈ ਨਾ ਕੋਈ ਮੈਂ ਕਹਿੰਦਾ ਵਾਂ ਕਿਸੇ ਦੇ ਮਨ ਦੇ ਵਿੱਚ ਆਵੇ ਕਿ ਮੈਂ ਵੀ ਚੇਂਜ ਹੋਣਾ ਵਾਂ ਤਾਂ ਜ਼ਰੂਰ ਚੇਂਜ ਹੋ ਸਕਦੇ ਹੋ ਬਾਈ ਸਾਰੇ ਜਾਣੇ ਤੁਸੀਂ ਜੜੀਆਂ ਬੂਟੀਆਂ ਖਾਓ ਆਪਣੀ ਸਿਹਤ ਨੂੰ ਬਚਾਓ ਕਿਸੇ ਵੀ ਸੈਂਟਰ ਦੇ ਵਿੱਚ ਜਾਣ ਦੀ ਲੋੜ ਨਹੀਂ ਲੈਣਾ 'ਚ ਲੱਗਣ ਦੀ ਲੋੜ ਨਹੀਂ ਸਵੇਰੇ ਉੱਠ ਕੇ ਜਦੋਂ ਸ਼ਹਿਰੋਂ ਨਿਕਲੀਦਾ ਨਾ ਤਾਂ ਦੇਖੀਦਾ ਵਾ 6:30 ਵੀ ਨਹੀਂ ਵੱਜੇ ਹੁੰਦੇ ਕਿ 10-10, 15-15, 20-20 ਬੰਦੇ ਸੈਂਟਰ ਦੇ ਮੂਹਰੇ ਲਾਈਨ ਲਾ ਕੇ ਖੜ੍ਹੇ ਆ ਕਿ ਪਹਿਲਾਂ ਮੈਡੀਸਨ ਮੈਂ ਲੈਣੀ ਆ ਤਾਂ ਮੈਂ ਇਹ ਪ੍ਰਾਊਡ ਆਫ ਕਰਦਾ ਵਾ ਸ਼ੇਰਿਆ ਤੈਨੂੰ ਇਸ ਲਾਈਨ ਦੇ ਵਿੱਚ ਲੋੜ ਨਹੀਂ ਪਈ ਲੱਗਣ ਦੀ ਸੋ ਸ਼ੇਰਾ ਸਿੱਧੂ ਹਰਬਲ ਕਰਕੇ ਭਾਜੀ ਦੀ ਆਈਡੀ ਹੈ ਜ਼ਰੂਰ ਉਹਨਾਂ ਨੂੰ ਫੋਲੋ ਕਰੋ ਅਤੇ ਜਾਣੋ ਉਹਨਾਂ ਦੀ ਲਾਈਫ ਬਾਰੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਨਸ਼ਾ ਛੱਡਿਆ ਅਤੇ ਉੱਥੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਕੰਟੈਕਟ ਵੀ ਕਰ ਸਕਦੇ ਹੋ ਇਹਨਾਂ ਨੂੰ ਜੇਕਰ ਕਿਸੇ ਨੇ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੱਡਣਾ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਦੋਂ ਤੱਕ ਬਣੇ ਰਹੋ ਸਾਡੇ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ